ਕਿਸਾਨ ਪੰਜਾਬ ਦਾ ਮੈਂ ਹਾਂ ਵਿਜੇਪਾਲ ਸਿੰਘ ਤੇਜੀ ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਕੱਟੜਪੰਥੀ ਸੰਗਠਨ ਸਿੱਖ ਫਾਰ ਜਸਟਿਸ ਵੱਲੋਂ ਖਾਲਿਸਤਾਨ ਦੀ ਹਮਾਇਤ ਵਿੱਚ ਰੈਫਰੈਂਡਮ 2020 ਮੁਹਿੰਮ ਨੂੰ ਦੇਖਦੇ ਹੋਏ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ ਤਹਿਤ ਸਿੱਖ ਫਾਰ ਜਸਟਿਸ ਦੇ ਆਗੂ ਜਗਿੰਦਰ ਸਿੰਘ ਗੋਗਾ ਨੂੰ ਪਲਾਤ ਪੁਲਿਸ ਨੇ ਗ੍ਰਿਫਤਾਰ ਕਰਕੇ ਇੱਕ ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਅਤੇ ਉਸ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ ਜਿਸ ਦੇ ਨਾਲ ਉਹ ਆਪਣਾ ਨੈਟਵਰਕ ਚਲਾਉਂਦਾ ਸੀ। ਉਸ ਨੂੰ ਤਕਨੀਕੀ ਲੈਬ ਵਿੱਚ ਭੇਜਿਆ ਗਿਆ ਹੈ। ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਹੈ। ਇਸ ਮੌਕੇ ਸਬ ਡਿਵੀਜ਼ਨ ਪਲਾਤ ਦੇ DSP ਸਰਦਾਰ ਜਤਿੰਦਰਜੀਤ ਸਿੰਘ ਜੀ ਨੇ ਤਹਿਲਕਾ ਪੰਜਾਬ ਦੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਸਿੱਖ ਫਾਰ ਜਸਟਿਸ ਦੇ ਸਰਗਰਮ ਮੈਂਬਰ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਮੁਲਾਕਾਤ ਕੀਤੀ ਹੈ। ਗੋਗੇ ਤੇ ਦੋਸ਼ ਹੈ ਕਿ ਉਸਨੇ ਖਾਲਿਸਤਾਨ ਦੇ ਹੱਕ ਵਿੱਚ ਨਾਰੇਬਾਜ਼ੀ ਵੀ ਕੀਤੀ ਹੈ। ਸਿੱਖ ਫਾਰ ਜਸਟਿਸ ਦੇ ਸਰਗਰਮ ਮੈਂਬਰ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਮੁਲਾਕਾਤ ਕੀਤੀ ਹੈ। ਗੋਗਾ ਉੱਤੇ ਦੋਸ਼ ਹਨ ਕਿ ਉਸਨੇ ਖਾਲਿਸਤਾਨ ਦੇ ਹੱਕ ਵਿੱਚ ਨਾਰੇਬਾਜ਼ੀ ਵੀ ਕੀਤੀ ਹੈ। ਉੱਧਰ ਜਗਿੰਦਰ ਸਿੰਘ ਗੁੱਜਰ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਜਗਿੰਦਰ ਸਿੰਘ ਦੀ ਧਰਮਪਤਨੀ ਗੁਰਮੀਤ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡਾ ਗੁਰਪਤਵੰਤ ਸਿੰਘ ਪੁੰਨੂ ਦੇ ਨਾਲ ਕੋਈ ਵੀ ਵਾਸਤਾ ਨਹੀਂ ਹੈ, ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਦੀ ਨਿਗਾਹੀ ਨਾਲ ਜਾਂਚ ਕੀਤੀ ਜਾਵੇ ਤੇ ਮੇਰੇ ਪਤੀ ਨੂੰ ਇਨਸਾਫ਼ ਦਵਾਇਆ ਜਾਵੇ। ਜਗਿੰਦਰ ਸਿੰਘ ਈਡੀਐਸ ਗੁੱਜਰ ਈਡੀਐਸ ਘੋਗਾ ਅਕਾਲਾ ਪਿੰਡ ਦਾ ਰਹਿਣ ਵਾਲਾ ਇਹ ਇਟਲੀ ਦੇ ਵਿੱਚ ਕਾਫੀ ਸਾਲਾਂ ਤੋਂ ਇਟਲੀ ਦੇ ਵਿੱਚ ਰਹਿ ਰਿਹਾ ਔਰ ਇਹ ਸਮਰਥਕ ਆ ਰੈਫਰੈਂਡਮ 2020 ਦਾ। ਉੱਥੇ ਜਨੇਵਾ ਵੀ ਜਿਹੜੀ ਉਹਨਾਂ ਦੀ ਕੋਈ ਕੌਲ ਹੋਈ ਸੀ, ਇਹ ਜਨੇਵਾ ਜਾ ਕੇ ਇਹਨੇ ਹੋਰ ਬੰਦਿਆਂ ਦੇ ਨਾਲ ਉਹ ਕੌਲ ਅਟੈਂਡ ਕੀਤੀ। ਉੱਥੇ ਇਹਨਾਂ ਦਾ ਸੈਮੀਨਾਰ ਵਗੈਰਾ ਜੋ ਵੀ ਅਟੈਂਡ ਕੀਤਾ ਔਰ ਇਹ ਰੈਫਰੈਂਡਮ 2020 ਦਾ ਸਮਰਥਕ ਹੈ। ਗੁਰਪਤਵੰਤ ਸਿੰਘ ਪੰਨੂ ਜਿਹੜੇ ਉਹਨਾਂ ਦਾ ਸਮਰਥਕ ਹੈ, ਉਹਨਾਂ ਨੂੰ ਫੰਡਿੰਗ ਕਰਦਾ, ਇਟਲੀ ਤੋਂ ਪੈਸੇ ਇਕੱਠੇ ਕਰਕੇ USA ਭੇਜਦਾ, ਆਪ ਜਾ ਕੇ ਦੇ ਕੇ ਆਉਂਦਾ ਔਰ ਇਹਨੂੰ ਅਸੀਂ FIR ਨੰਬਰ 49/2007-2020 'ਚ ਬੁੱਕ ਕੀਤਾ ਜਿਹਦੇ 'ਚ ਇਹਦੇ ਖਿਲਾਫ ਅਨਲਾਫੁਲ ਐਕਟੀਵਿਟੀ ਤਹਿਤ ਜਿਹੜਾ ਮੁਕੱਦਮਾ ਜਿਹੜਾ ਦਰਜ ਕੀਤਾ ਜੋ ਅੱਜ ਸਾਡੇ 'ਤੇ ਪੁਲਿਸ ਮਾਰਕ ਜਿਹੜਾ ਅੱਜ ਪੁਲਿਸ ਮਾਰਕ ਖਤਮ ਹੋ ਗਿਆ ਜਿਹਨੂੰ ਅਸੀਂ ਕਰੋਨਾ ਦੀ ਰਿਪੋਰਟ ਆਉਣ ਤੋਂ ਬਾਅਦ ਇਹਨੂੰ ਅਸੀਂ ਸੁਧਾਰ ਕਰ ਪੱਟੀ ਛੱਡ ਦੇਵਾਂ। ਹੁਣ ਤੱਕ ਦੀ ਜਿਹੜੀ ਤਫਤੀਸ਼ ਇਹਦੇ ਵਿੱਚ ਇਹਦਾ ਮੋਬਾਈਲ ਔਰ ਇਹਦੇ ਕੋਲ ਜਿਹੜੀ ਕੋਈ ਲਿਟਰੇਚਰ ਹੈ ਰੈਫਰੈਂਡਮ 2020 ਦੇ ਸੰਬੰਧ ਦੇ ਵਿੱਚ ਜਿਹੜਾ ਰੈਫਰੈਂਡਮ ਇਹਦੇ ਕੋਲ ਬਰਾਮਦ ਹੋਇਆ ਔਰ ਇਹਦਾ ਅਸੀਂ ਜਿਹੜਾ ਮੋਬਾਈਲ ਹੈ ਕਬਜ਼ਾ ਪੁਲਿਸ ਵਿੱਚ ਲਿਆ, ਉਹਨੂੰ ਅਸੀਂ ਆਪਣੀ ਜਿਹੜੀ ਫੋਰੈਂਸਿਕ ਲੈਬੋਰਟਰੀ ਹੈ ਉੱਥੇ ਅਸੀਂ ਭੇਜਾਂਗੇ ਮੋਹਾਲੀ ਔਰ ਇਹਦੇ 'ਚ ਦੇਖਾਂਗੇ ਜੇ ਮੋਬਾਈਲ ਦੇ ਵਿੱਚ ਇਹ ਕਿਹੜੇ ਕਿਹੜੇ ਬੰਦੇ ਰੈਫਰੈਂਡਮ 2020 ਦੇ ਨਾਲ ਇਹਦੇ ਨਾਲ ਸਮਰਥਨ ਕਰਦੇ ਆ, ਕਿਹੜਾ ਕਿਹੜਾ ਬੰਦਿਆਂ ਦੇ ਨਾਲ ਇਹਦੇ ਲਿੰਕ ਆ, ਕਿਹਨਾਂ ਕਿਹਨਾਂ ਬੰਦਿਆਂ ਨੂੰ ਇਹ ਕੀ ਜਿਹੜਾ ਵਟਸਐਪ ਕਰਦਾ ਆ, ਕੀ ਉਹਨਾਂ ਤੋਂ ਮੰਗਵਾਉਂਦਾ ਆ, ਕੀ ਉਹਨਾਂ ਨੂੰ ਭੇਜਦਾ ਆ, ਇਹਦੇ ਜਿਹੜੇ ਅਕਾਊਂਟ ਆ ਸਾਰੇ ਚੈੱਕ ਕਰਕੇ ਉਹਨਾਂ ਨੇ ਦੇਖਾਂਗੇ ਇਹਨੂੰ ਕਿੱਥੋਂ ਜਿਹੜੀ ਫੰਡ ਜਿਹੜੇ ਕਿੱਥੋਂ ਕਿੱਧਰ ਦੀ ਆਉਂਦੇ ਆ, ਸਾਰੀ ਇਹਦੀ ਪੜਤਾਲ ਕਰਾਂਗੇ। ਇਹ ਸਰ ਕਿੰਨੇ ਡੇਟ ਤੋਂ ਜੁੜਿਆ ਹੋਇਆ ਕੁਛ ਪਤਾ ਹੈ? ਇਹ ਕਾਫੀ ਸਾਲਾਂ ਤੋਂ, ਐਗਜੈਕਟ ਡੇਟ ਨਹੀਂ ਦੱਸੀ ਜਾ ਸਕਦੀ, ਵੈਸੇ ਕਾਫੀ ਸਾਲਾਂ ਤੋਂ ਇਹ ਜਿਹੜਾ ਆ ਇਹ ਰੈਫਰੈਂਡਮ ਜਿਹੜਾ 2020 ਦਾ ਸਮਰਥਕ ਆ, ਇਹ ਚੰਗੇ ਪਰਿਵਾਰ ਨਾਲ ਸੰਬੰਧਿਤ ਹੈ। ਇਹਦੇ ਬੱਚੇ ਜਿਹੜੇ ਵੈਲ ਸੈਟਲ ਇਟਲੀ ਦੇ ਵਿੱਚ ਹੈ, ਇਹਦੀ ਲੜਕੀ ਵੈਲ ਸੈਟਲ ਇਟਲੀ ਦੇ ਵਿੱਚ ਹੈ, ਪਰ ਇਹ ਪਤਾ ਨਹੀਂ ਕਿਉਂ ਸਾਡੀ ਯੂਥ ਨੂੰ ਇਹ ਇੱਧਰ ਨੂੰ ਮੋੜਨ ਵਾਸਤੇ ਪਾਸੇ ਜਾ ਰਹੇ। ਸਰ ਇਹਦੇ ਵਿੱਚ ਕੋਈ ਹੋਰ ਵੀ ਬੰਦੇ ਇਨਵੋਲ ਹੈਗੇ, ਕੋਈ ਲੋਕਲ? ਉਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੀ ਫੋਨ ਦੀ, ਜਦੋਂ ਸਾਰੀ ਉਹ ਲਈ ਜਾਊਗੀ ਇਹਦੀ ਫੋਨ ਦੀ ਇਨਪੁੱਟ, ਉਹਦੇ ਵਿੱਚੋਂ ਫਿਰ ਨਿਕਲੇਗਾ ਕੌਣ ਕੌਣ ਇਹਦੇ ਨਾਲ ਬੰਦਾ ਇਹਦੇ ਨਾਲ ਜਿਹੜਾ ਇਹਦੇ ਨਾਲ ਸਹਿ ਦੋਸ਼ੀ ਹੈਗਾ ਅਤੇ ਕਿਹੜੇ ਕਿਹੜੇ ਬੰਦੇ ਇਹਦੇ ਨਾਲ ਜੁੜੇ ਹੋਏ ਆ ਔਰ ਇਹਦਾ ਕੀ ਜਿਹੜਾ ਮੋਡ ਹੈ, ਕਿਵੇਂ ਫੰਡ ਇਕੱਠੇ ਕਰਦਾ, ਕਿੱਦਾਂ ਅੱਗੇ ਭੇਜਦਾ। ਠੀਕ ਹੈ।
हाँ जी, वाहेगुरु जी का खालसा, वाहेगुरु जी की फतेह। असी 23 फरवरी नूं असी इंडिया आए, असी ब्याह ते आए जी। ते ब्याह तो बाद फिर लॉकडाउन हो गया, असी 20 तरीक नूं वापस जा रहे सी, साडी फ्लैट सी, ते फिर लॉकडाउन लग गया, इस करके सानूं इत्थे फसाया जा रहा। जगिंदर सिंह गुजर दे तुसीं की लगदे हो? जोगिंदर सिंह आरोप लग रहे इन्हां बारे की कहना चाहते हो? इन्हां ते आरोप जान बुझ के लगाए जा रहे ने। असी 23 तरीक नूं असी इत्थे इंडिया आए ते ब्याह ते असी आए, है ना, ਵਿਆਹ ਤੇ ਆਏ ਤੇ ਆ ਕੇ ਤੇ ਫਿਰ ਲੋਕਡਾਊਨ ਹੋ ਗਿਆ ਸੀ, 20 ਤਰੀਕ ਨੂੰ ਵਾਪਸ ਜਾਣਾ ਸੀ ਤੇ ਮੁੜ ਕੇ ਲੋਕਡਾਊਨ ਹੋ ਗਿਆ ਤੇ ਮੁੜ ਕੇ ਮਤਲਬ ਇਹ ਲਗਾਏ ਗਏ ਵੀ ਇਹਨਾਂ ਨੇ ਝੰਡਾ ਖਾਲਿਸਤਾਨ ਦਾ ਜਿਹੜਾ ਸਾੜਿਆ ਵੀ ਜਿਹੜਾ ਤੇ ਉਹ ਰੋਕ ਤੇ ਇੱਕ ਸਰੋਪਾ ਪਾਇਆ ਇਹਨਾਂ ਨੇ। ਕਿਹੜੀ ਜਗ੍ਹਾ ਝੰਡਾ ਫਹਿਰਿਆ? ਉੱਥੇ ਜਨੇਵਾ। ਇਹ 2019 ਫਰਵਰੀ ਦਾ ਜਬਰਦਸਤੀ ਲੈ ਕੇ ਗਏ ਘਰੋਂ ਤੇ ਮੁੜ ਕੇ ਉੱਥੇ ਹਾਂਜੀ ਨਗਰ ਕੀਰਤਨ ਸੀ, ਹਾਂਜੀ ਜਨੇਵਾ ਨਗਰ ਕੀਰਤਨ ਸੀ, ਉੱਥੇ ਧੱਕੇ ਨਾਲ ਲੈ ਕੇ ਗਏ, 4 ਬੰਦੇ ਲੈ ਕੇ ਗਏ, ਮੁੜ ਕੇ 1 ਘੰਟਾ ਹੀ ਐਂਬੂਲੈਂਸ ਉੱਥੇ ਗਏ। ਕਿਹੜੇ ਸਾਲ ਵਿੱਚ ਸੀ ਨਗਰ ਕੀਰਤਨ? 2019। ਹੁਣ ਇਹਨਾਂ ਨੂੰ ਗ੍ਰਿਫਤਾਰ ਕਦੋਂ ਕੀਤਾ ਇੱਥੋਂ ਦਾ? ਹੁਣ ਗ੍ਰਿਫਤਾਰ ਕੀਤਾ ਵੀ 3 ਦਿਨ ਹੋ ਗਏ। ਤੇ ਕੀ ਆ ਹੁਣ ਇਹਨਾਂ ਤੇ ਮਾਮਲਾ ਵੀ ਦਰਜ ਹੋਇਆ, ਤੁਹਾਨੂੰ ਕੋਈ ਜਾਣਕਾਰੀ ਮਿਲੀ ਉਹਦੇ ਬਾਰੇ ਵੀ ਪੁਲਿਸ ਨੇ ਕੀ ਕਾਰਵਾਈ ਕੀਤੀ ਉਹਦੇ ਤੇ? ਸਾਨੂੰ ਸਾਡੀ ਮਤਲਬ ਇਨਸਾਫ ਸਾਨੂੰ ਮਿਲਣਾ ਚਾਹੀਦਾ ਤੇ ਜਲਦੀ ਤੋਂ ਜਲਦੀ ਮੇਰੇ ਆਦਮੀ ਛੱਡਣਾ ਚਾਹੀਦਾ। ਤੁਸੀਂ ਕਿੰਨੀ ਦੇਰ ਤੋਂ ਇਟਲੀ ਰਹਿੰਦੇ ਹੋ? ਅਸਾਂ 18 ਸਾਲ ਹੋ ਗਏ, 2003 ਦੇ ਅਸੀਂ ਉੱਥੇ ਦੇ ਪੀਆਰ ਹੋ ਤੁਸੀਂ ਕਿ ਕੀ ਹੈ ਵਰਕ ਪਰਮਿਟ ਤੇ ਰਹਿੰਦੇ ਹੋ ਤੁਸੀਂ ਉੱਥੇ? ਅਸੀਂ ਸਾਨੂੰ ਕੋਈ ਪੇਪਰ ਮਿਲੇ ਨਾ ਤੇ ਸਾਰੀ ਉਮਰ ਦੇ ਉਮਰ ਦੇ ਪੇਪਰ ਪੀਆਰ ਹੀ ਸਮਝੋ ਤੁਸੀਂ। ਹਾਂਜੀ ਪੀਆਰ ਨਾ। ਤੇ ਇੰਡੀਆ ਕਿੰਨੀ ਵਾਰ ਆਉਂਦੇ ਸਾਲ ਚ? ਅਸੀਂ 1 ਵਾਰ ਆਨੇ ਇੰਡੀਆ, ਹੁਣ ਵੀ ਵਿਆਹ ਸੀ ਇਸ ਕਰਕੇ ਅਸੀਂ ਆਏ ਸੀ, 23 ਫਰਵਰੀ ਨੂੰ ਅਸੀਂ ਆਏ, 20 ਨੂੰ ਵਾਪਸ ਜਾਣਾ ਸੀ ਤੇ ਲੋਕਡਾਊਨ ਹੋਣ ਕਰਕੇ ਅਸੀਂ ਜਾ ਨਹੀਂ ਸਕੇ ਤੇ ਇਹਨਾਂ ਨੇ ਮਤਲਬ ਲੋਕਾਂ ਨੇ ਕਰਕੇ ਪਾਰਟੀਬਾਜ਼ੀ ਬਣਾ ਕੇ ਤੇ ਇਹਨਾਂ ਨੂੰ ਫਸਾ ਦਿੱਤਾ ਤੇ ਇਹ ਹਾਰ ਦਾ ਮਰੀਜ਼ ਇਹਨੂੰ ਜ਼ਰੂਰ ਸਾਡੀ ਮਤਲਬ ਸੁਣਨੀ ਚਾਹੀਦੀ, ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਕਿਸੇ ਗੱਲ। ਜਗਿੰਦਰ ਸਿੰਘ, ਮੈਂ ਮੇਰਾ ਭਤੀਜਾ ਲੱਗ ਰਿਹਾ ਜੀ, ਕੀ ਕਹਿਣਾ ਚਾਹੋਗੇ ਇਹਨਾਂ ਬਾਰੇ? ਇਹ ਸਰਾਸਰ ਧੱਕਾ ਹੈ ਜੀ ਸਾਡੇ ਨਾਲ। ਠੀਕ, ਕਿਸ ਤਰ੍ਹਾਂ ਮਨ ਲੱਗਦਾ ਤੁਹਾਨੂੰ ਦੱਸੋਗੇ? ਕਿਉਂ ਉਹਨਾਂ ਦੇ ਆਰੋਪ ਲਾਏ ਆ, ਕਿੱਥੋਂ ਕੀ ਲੱਗਦਾ ਤੁਹਾਨੂੰ ਇਹ ਕੀ ਮਾਮਲਾ ਹੋ ਸਕਦਾ? ਕਿਸੇ ਦੀ ਕੋਈ ਪੋਲੀਟੀਕਲ ਪ੍ਰੈਸ਼ਰ ਚਾਲ ਆ ਜਾਂ ਕੋਈ ਹੋਰ ਮਾਮਲਾ? ਪਤਾ ਨਹੀਂ, ਸੈਂਟਰ ਚ ਆਏ ਨੇ ਬੰਦੇ, ਇੱਥੋਂ ਲੈ ਜਾਂਦੇ, ਮਹੀਨਾ ਹੋ ਗਿਆ ਲੈ ਜਾਂਦੇ, ਸੜਕਾਂ ਤੇ ਹੀ ਪੈ ਜਾਂਦੇ, ਸੜਕਾਂ ਤੇ ਹੀ ਬਸ। ਕਿੱਥੇ ਲੈ ਜਾਂਦੇ? ਦਿੱਲੀ, ਚੰਡੀਗੜ੍ਹ। ਫਿਰ ਕੀ ਉਹਨਾਂ ਦੀ ਇਨਵੈਸਟੀਗੇਸ਼ਨ ਕੀ ਚੱਲਦੀ ਸੀ, ਪਤਾ ਕੁਛ ਤੁਹਾਨੂੰ ਦੱਸਦੇ ਹੋਣਗੇ ਉਹ? ਨਹੀਂ, ਸਾਨੂੰ ਨਹੀਂ ਦੱਸਦੇ। ਗੁੱਜਰ ਜਿਹੜੇ ਭਰਾ ਹੈਗੇ ਹਾਂਜੀ, ਉਹਨਾਂ ਦੇ ਜਿਹੜੇ ਖਾਲਿਸਤਾਨ ਨੂੰ ਸਮਰਥਨ ਕਰਨ ਦਾ ਜਿਹੜਾ ਮਾਮਲਾ ਦਰਜ ਹੋਇਆ ਹੈਗਾ ਆ, ਉਹਦੇ ਕੀ ਕਹਿਣਾ ਤੁਹਾਡਾ? ਕੀ ਤੁਹਾਡਾ ਕੋਈ ਖਾਲਿਸਤਾਨ ਨਾਲ ਕੋਈ ਸੰਬੰਧ ਹੈ? ਕੋਈ ਸਵਾਲ ਨਹੀਂ ਹੈ, ਕਾਂਗਰਸ ਦੇ ਪੱਕੇ ਹੀ ਸਾਨੂੰ